ਪ੍ਰਸਾਦ ਕੱਟਾ ਸਾਹਿਬ ਨੂੰ ਕਿ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਆਪ ਜੀ ਨਾਲ ਇੰਟਰੋਡਿਊਸ ਕਰਾਉਣ ਤੇ ਆਪਣੇ ਵਿਚਾਰ ਪੇਸ਼ ਕਰਨ। ਥੈਂਕ ਯੂ। ਮਿਹਰਬਾਨੀ ਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਹਾਜ਼ਰੀਨ ਆਏ ਹੈਗੇ ਆ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਪਹੁੰਚੇ ਹੋ। ਤੇ ਮੈਂ ਸਰ ਸਤਨਾਮ ਸਿੰਘ ਜੀ, ਉਹਨਾਂ ਨੂੰ ਭਾਸ਼ਾ ਵਿਭਾਗ, ਪੰਜਾਬ ਭਾਸ਼ਾ ਵਿਭਾਗ ਪਟਿਆਲੇ ਮਿਲਿਆ ਸੀਗਾ। ਅੱਜ ਕੱਲ੍ਹ ਪ੍ਰਮੋਸ਼ਨ ਹੋ ਕੇ ਡਿਪਟੀ ਡਾਇਰੈਕਟਰ ਵੀ ਬਣ ਚੁੱਕੇ ਹੈਗੇ ਆ। ਤੇ ਇਹਨਾਂ ਨਾਲ ਗੱਲ ਵੀ ਸਾਡੀ ਇਹ ਚੱਲਦੀ ਸੀਗੀ ਵੀ ਜਦੋਂ ਵੀ ਕੋਈ ਵਿਦਵਾਨ, ਕੋਈ ਲੇਖਕ ਕਿਸੇ ਸਮਾਗਮ ਤੇ ਜਾਵੇ, ਉਹ ਆਪਦੀਆਂ ਪੁਰਾਣੀਆਂ ਗੱਲਾਂ ਕਰਨ ਦੀ ਬਜਾਏ ਕੋਈ ਨਵੀਂ ਚੀਜ਼ ਦੱਸ ਕੇ ਆਵੇ। ਇੱਕ ਵਿਦਵਾਨ ਨੂੰ ਉਦੋਂ ਹੀ ਕਿਸੇ ਸਮਾਗਮ 'ਚ ਜਾਣਾ ਚਾਹੀਦਾ ਤੇ ਜਾਂ 'ਚ ਕਿਸੇ ਸਿਖਾਉਣ ਜਾਵੇ ਤੇ ਜਾਂ ਸਿੱਖਣ ਜਾਵੇ। ਮਨ ਪਰਚਾਵੇ ਦੇ ਲਈ ਉਹ ਮਨ ਪਰਚਾਵਾ ਵੀ ਠੀਕ ਆ, ਪਰ ਉਹ ਵੀ ਕਰ ਲਓ, ਪਰ ਉਹਦੇ ਨਾਲ ਨਾਲ ਕੁਝ ਸਿੱਖਣ ਦਾ ਸਿਖਾਉਣ ਵੀ ਜਾਓ। ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਦੇ 23 ਜ਼ਿਲ੍ਹੇ ਆ। ਜੇ ਅਚਾਨਕ ਕਿਸੇ ਨੂੰ ਪੁੱਛ ਲਓ ਤੇ ਉਹ ਸ਼ਾਇਦ ਨਾਂ ਦੱਸ ਸਕਣ। ਅਚਾਨਕ ਤਾਂ ਮੇਰੀ ਸਤਨਾਮ ਸਿੰਘ ਨਾਲ ਗੱਲ ਹੋਈ ਸੀ, ਕਿਸੇ ਨੂੰ ਊੜੇ ਏੜ ਦੇ 35 ਅੱਖਰ ਪੁੱਛ ਲਓ ਅਚਾਨਕ ਤੇ ਉਹ ਵੀ 50% ਹੀ ਦੱਸ ਸਕਦੇ ਹੈਗੇ, ਬਾਕੀ ਨਹੀਂ ਦੱਸ ਸਕਦੇ। ਤੇ ਜਿਹੜੇ MP ਹੈਗੇ ਆ ਸਾਡੇ 13ਵਾਂ, ਜਿਹੜੇ ਰਾਜ ਸਭਾ ਦੇ ਮੈਂਬਰ ਉਹ 7ਵਾਂ, ਤੇ ਸਾ ਪੰਜਾਬ ਕੋਲ ਜਿਹੜਾ ਏਰੀਆ ਵਾ 50,362 ਸਕੇਅਰ ਕਿਲੋਮੀਟਰ ਹੈਗਾ ਵਾ। ਮੇਰਾ ਦੱਸਣਾ ਤੁਹਾਨੂੰ ਇਹ ਮਤਲਬ ਵੀ ਅੱਜ ਤੁਹਾਨੂੰ ਕੋਈ ਨਵੀਂ ਚੀਜ਼ ਦਾ ਜੇ ਕੋਈ ਇੱਕ ਦਾ ਵੀ ਪਤਾ ਲੱਗ ਗਿਆ, ਦੱਸ ਗਿਆ ਤਾਂ ਸਮਝੋ ਵੀ ਮੈਂ ਵੀ ਕੁਛ ਚੰਗਾ ਕੰਮ ਕਰ ਗਿਆ ਵੀ ਅੱਜ ਤੁਹਾਨੂੰ ਦੱਸਦਾ ਹੈਗਾ। ਤੇ ਪੰਜਾਬ ਵਿੱਚ ਜਿਹੜੀ ਪੜ੍ਹਾਈ ਦੀ ਸਾਖਰਤਾ ਹੈਗੀ ਆ, ਪੜ੍ਹੇ ਲਿਖੇ ਲੋਕ ਆ ਉਹ 75.84 ਹੈਗੀ ਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 87 ਹੁੰਦੇ ਸੀਗੇ, ਹਜੇ ਉਦੋਂ ਵੀ ਘੱਟ ਆ। ਇੱਕ ਸਿੰਪਲ ਕਾਇਦਾ ਨੂਰ ਜਿਹੜਾ ਅਸੀਂ ਤਿਆਰ ਕੀਤਾ ਹੈਗਾ, ਉਹਦੇ ਵਰਗੇ ਕਾਇਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਲਿਖਣ ਪੜ੍ਹਨ ਜੋਗਾ ਤੇ ਆਪਣਾ ਹਿਸਾਬ ਕਰਨ ਤਾਪ ਕਰਨ ਜੋਗਾ ਉਹਨਾਂ ਨੇ ਕਰ ਲਿਆ ਸੀਗਾ। ਤੇ ਮੈਂ ਹੁਣ ਆਪਣੇ ਵੱਲੋਂ ਬੇਨਤੀ ਕਰੂੰਗਾ ਸਾਰ ਸਤਰਾਮ ਸਿੰਘ ਜੀ ਉਹਨਾਂ ਨੂੰ, ਜਿਹੜੇ ਹਰੇਕ ਸਾਲ ਹੀ ਪੰਜਾਬ ਡੇ ਵੀ ਮਨਾਉਂਦੇ ਹੈਗੇ ਆ, ਤੇ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਸਾਰੇ ਤੁਹਾਡੇ ਮੁਲਾਜ਼ਮਾਂ ਨੂੰ 35 ਅੱਖਰ ਨਾ ਅਚਾਨਕ ਪੁੱਛੋਗੇ ਤਾਂ ਉਹਨਾਂ ਕੋਲ 10 ਨਹੀਂ ਹੋਣੇ। ਜੇ ਉਹਨਾਂ ਨੂੰ 24 ਘੰਟੇ ਦਾ ਟਾਈਮ ਦੇ ਦਿਓ ਤੇ ਸਾਰੇ ਹੀ ਬੰਦੇ ਨਿੱਕੀ ਜਿਹੀ ਮੁੱਢਲੀ ਜਿਹੀ ਜਾਣਕਾਰੀ ਇਹ ਸਾਰੇ ਹੀ ਸਿੱਖ ਲੈਣਗੇ। ਮੈਂ ਬੇਨਤੀ ਕਰੂੰਗਾ ਸਾਤ ਸਤਨਾਮ ਸਿੰਘ ਜੀ, ਜਿਹੜੇ ਡਿਪਟੀ ਡਾਇਰੈਕਟਰ ਨੇ ਪੰਜਾਬ ਭਾਸ਼ਾ ਵਿਭਾਗ ਪਟਿਆਲਾ ਦੇ, ਉਹ ਸਾਨੂੰ ਸੰਬੋਧਨ ਕਰਨ। ਡਾਕਟਰ ਸਤਨਾਮ ਸਿੰਘ, ਸੌਰੀ ਸਤਨਾਮ ਸਿੰਘ ਜੀ। ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ। ਪੰਜਾਬ ਦਿਵਸ ਦੇ ਮੌਕੇ ਤੇ ਪੰਜਾਬੀ ਜਗਤ ਪੰਜਾਬੀ ਸਭਾ ਵੱਲੋਂ ਕਰਵਾਏ ਜਾ ਰਹੇ ਵੈਬੀਨਾਰ ਵਿੱਚ ਜੁੜੇ ਸਮੂਹ ਮੈਂਬਰ ਸਾਹਿਬਾਨ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਸਤਿ ਸ੍ਰੀ ਅਕਾਲ ਕਹਿੰਦਾ। ਤੇ ਪੰਜਾਬੀ ਜਗਤ ਸਭਾ ਦਾ ਇਹ ਬਹੁਤ ਵੱਡਾ ਉਦਮ ਹੈ ਵੀ ਉਹਨਾਂ ਨੇ ਪੰਜਾਬ ਦਿਵਸ ਦੇ ਮੌਕੇ ਦੇ ਉੱਤੇ ਇਹ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਸਰਕਾਰ ਤੋਂ ਵੀ ਪਹਿਲਾਂ ਇਹਨਾਂ ਨੇ ਇਹ ਸਮਾਗਮ ਕਰਕੇ ਝੰਡੀ ਲੈ ਲਈ ਹੈ। ਤੇ ਸੋ ਅਸੀਂ ਵੀ ਪੰਜਾਬ ਸਰਕਾਰ ਵੱਲੋਂ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਅਸੀਂ ਪੰਜਾਬ ਦਿਵਸ ਦੇ ਮੌਕੇ ਦੇ ਉੱਤੇ ਪੰਜਾਬੀ ਦੀ ਪ੍ਰਫੁੱਲਤਾ ਲਈ ਕਰ ਰਹੇ ਹਾਂ। ਉਹਦੇ ਵਿੱਚ ਤਕਰੀਬਨ ਅਸੀਂ 25 ਸਮਾਗਮ ਕਰਾਂਗੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ। ਤੇ ਉਹਦੇ ਬਾਰੇ ਵਿਸਥਾਰ ਪੂਰਵਕ ਗੱਲ ਕਰਨ ਤੋਂ ਪਹਿਲਾਂ ਮੈਂ ਅੱਜ ਦੇ ਸਮਾਗਮ ਬਾਰੇ ਕਰਾਂ। ਇਹ ਬਹੁਤ ਹੀ ਬਹੁਤ ਵੱਡਾ ਵਧੀਆ ਸੀ, ਭਾਵੇਂ ਇਹ ਪੰਜਾਬ ਦਿਵਸ ਨੂੰ ਸਮਰਪਿਤ ਸਮਾਗਮ ਸੀਗਾ। ਇਹਦੇ ਵਿੱਚ ਜਿੰਨੀਆਂ ਵੀ ਗੱਲਾਂ ਕੀਤੀਆਂ ਗਈਆਂ ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ। ਜਫ਼ਰਨਾਮੇ ਉੱਤੇ ਗੱਲ ਕੀਤੀ ਗਈ, ਪੰਜਾਬ ਦੇ ਹੀਰੋਜ਼ ਉੱਤੇ ਗੱਲ ਕੀਤੀ ਗਈ, ਭਾਵੇਂ ਉਹ ਬੀਬੀਆਂ ਦੀ ਸੀ ਤੇ ਭਾਵੇਂ ਅਣਗੌਲੇ, ਅਣਗੌਲੇ ਤਾਂ ਨਹੀਂ ਕਿਹਾ ਜਾ ਸਕਦਾ, ਕੋਈ ਗਾਹੇ ਵਗਾਹੇ ਲੋਕ ਜਾਣਦੇ ਆ ਜਿਹਨਾਂ ਨੂੰ ਅੱਜ ਇਹ ਵੈਬੀਨਾਰ ਦੇ ਜ਼ਰੀਏ ਲੋਕਾਂ ਨੂੰ ਜਾਣੂ ਕਰਾਇਆ ਗਿਆ। ਪੰਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ ਉੱਤੇ ਬਹੁਤ ਗੱਲ ਕੀਤੀ ਗਈ ਤੇ ਗੁਰਬਾਣੀ ਦੇ ਹਵਾਲੇ ਦੇ ਕੇ ਬੰਦੇ ਨੂੰ ਸ਼ਾਂਤ ਰੱਖਣ ਦੇ ਲਈ ਗੱਲ ਕੀਤੀ ਗਈ। ਇਹ ਬਹੁਤ ਵੱਡੇ ਕਾਰਜ ਆ ਚੱਟਾ ਸਾਹਿਬ, ਤੁਸੀਂ ਇਹਦੇ ਲਈ ਵਧਾਈ ਦੇ ਪਾਤਰ ਹੋ। ਤੇ ਜਿੱਥੋਂ ਤੱਕ ਪੰਜਾਬ ਗੌਰਮੈਂਟ ਦਾ ਸੰਬੰਧ ਆ, ਪੰਜਾਬ ਗੌਰਮੈਂਟ ਹਰੇਕ ਸਾਲ ਪਰੰਪਰਾਗਤ ਤੌਰ ਤੇ ਮਨਾਉਂਦੀ ਆ ਤੇ ਐਤਕੀ ਵੀ ਅਸੀਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਅਸੀਂ 25 ਸਮਾਗਮ ਕਰ ਰਹੇ ਹਾਂ। ਫਰੀਦ ਸਾਹਿਬ ਦੀ ਗੱਲ ਚੱਲੀ ਸੀਗੀ ਪਹਿਲਾਂ, ਜਦੋਂ ਪੰਜਾਬੀ ਦੇ ਆਪਾਂ ਮੋਢੀ ਕਵੀਆਂ ਦੇ ਵਿੱਚੋਂ ਜੇ ਚੌਸਰ ਨੂੰ ਆਪਾਂ ਅੰਗਰੇਜ਼ੀ ਦਾ ਕਹਿੰਦੇ ਹਾਂ ਤੇ ਬਾਬਾ ਫਰੀਦ ਨੂੰ ਪੰਜਾਬੀ ਦਾ ਕਹਿੰਦੇ ਹਾਂ, ਭਾਵੇਂ ਕਿ ਉਸ ਤੋਂ ਪਹਿਲਾਂ ਨਾਥਾ ਜੋਗੀਆਂ ਦੀ ਕਵਿਤਾ ਦੀ ਵੀ ਗੱਲ ਚੱਲਦੀ ਆ। ਤੇ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਅਸੀਂ ਭਾਸ਼ਾ ਵਿਭਾਗ ਐਤਕੀ 850 ਸਾਲਾ ਬਾਬਾ ਫਰੀਦ ਜੀ ਦੀ
ਸ਼ਤਾਬਦੀ ਮਨਾ ਰਿਹਾ ਹੈਗਾ ਜੀ। ਉਹਦੇ ਵਿੱਚ ਅਸੀਂ ਗੋਸ਼ਟੀ 6 ਤਰੀਕ ਨੂੰ ਕਰਨ ਜਾ ਰਹੇ ਹਾਂ ਤੇ ਉਹਦੇ ਉੱਤੇ ਇੱਕ ਅਸੀਂ ਰਸਾਲਾ ਪੰਜਾਬੀ ਦੁਨੀਆ ਦਾ ਉਹ ਅਸੀਂ ਨਵੰਬਰ ਦੇ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ। ਤੇ ਇਸੇ ਤਰ੍ਹਾਂ ਹੀ ਹੋਰ ਪੰਜਾਬੀ ਦੇ ਮਤਲਬ ਪ੍ਰਫੁੱਲਤਾ ਦੇ ਲਈ ਜਿੱਥੇ ਜਿੱਥੇ ਵੀ ਅਸੀਂ ਆਪਣੇ ਭਾਸ਼ਾ ਭਾਗ ਨੂੰ ਜਿੰਨੀ ਕੁ ਬਣਦਾ ਹੈਗਾ ਉਨਾ ਅਸੀਂ ਕਰ ਰਹੇ ਹਾਂ। ਮੈਂ ਜਿਵੇਂ ਯੂਨੀਵਰਸਿਟੀਆਂ ਦੀ ਗੱਲ ਚੱਲੀ, ਇੱਕ ਭੈਣ ਜੀ ਕਰਕੇ ਗਏ ਸੀ, ਭਾਸ਼ਾ ਭਾਗ ਦਾ ਵੀ ਕਾਰਜ ਕੋਈ ਯੂਨੀਵਰਸਿਟੀ ਤੋਂ ਘੱਟ ਨਹੀਂ ਹੈਗਾ। ਅਸੀਂ ਤਕਰੀਬਨ 1500 ਦੇ ਨੇੜੇ ਟਾਈਟਲ ਅਸੀਂ ਛਾਪ ਚੁੱਕੇ ਹਾਂ। ਹੱਥ ਲਿਖਤਾਂ ਦੀ ਸਾਡੇ ਕੋਲ 647 ਦੇ ਨੇੜੇ ਤੇੜੇ ਹੱਥ ਲਿਖਤਾਂ, ਜਿਹੜੀਆਂ 300-400 ਸਾਲ ਪੁਰਾਣੀਆਂ ਸਾਡੇ ਕੋਲ ਹੱਥ ਲਿਖਤਾਂ ਆ। ਉਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਮਤਲਬ ਪੁਰਾਣੀਆਂ ਜਨਮ ਸਾਖੀਆਂ ਲਾ ਲਓ, ਜੇ ਜਨਮ ਸਾਖੀਆਂ ਦੀ ਵੀ ਅੱਜ ਗੱਲ ਚੱਲੀ ਸੀਗੀ, ਜਨਮ ਸਾਖੀਆਂ ਬਹੁਤ ਪੁਰਾਣੀਆਂ ਪੁਰਾਣੀਆਂ ਪਈਆਂ, 30,000 ਦੇ ਨੇੜੇ ਤੇੜੇ ਸਾਡੇ ਕੋਲ ਇਹੋ ਜਿਹਾ ਖਰੜਾ ਹੈਗਾ ਜਿਹੜੇ ਪੁਰਾਣੇ ਚਿੱਠੇ ਸੀ, ਕਿੱਸੇ ਸੀ, ਉਹ ਉਹਨਾਂ ਨੂੰ ਅੱਜ ਲੋਕ ਭੁੱਲੀ ਗਏ ਨੇ। ਸਾਡੀ ਲਾਇਬ੍ਰੇਰੀ ਦੇ ਵਿੱਚ ਇਹੋ ਜਿਹਾ ਦੁਰਲੱਭ ਖਜ਼ਾਨਾ ਆ। ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਪੰਜਾਬ ਦਿਵਸ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਦੇ ਬਾਰੇ ਤੁਸੀਂ ਤੁਹਾਡੇ ਵਰਗੇ ਵੱਡੇ ਵਿਦਵਾਨ ਗੱਲਾਂ ਕਰਦੇ ਆ ਵੀ ਪੰਜਾਬੀ ਨੂੰ ਓਨਾ ਚਿਰ ਕੋਈ ਖਤਰਾ ਨਹੀਂ ਹੈਗਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਕੋਲੇ ਬਾਣੀ ਆ। ਮੈਨੂੰ ਇਦੋਂ ਹੋਰ ਵੀ ਲੱਗਦਾ ਵੀ ਜਿੰਨਾ ਚਿਰ ਸਾਡੇ ਕੋਲੇ ਪਿੰਡਾਂ ਦੇ ਵਿੱਚ ਬੈਠੇ ਸਾਡੇ ਪੇਂਡੂ ਭਾਈਚਾਰਾ ਬੈਠਾ ਅਸਲੀ ਪੰਜਾਬੀ ਦੀ ਸੰਭਾਲ ਉਹ ਕਰ ਰਹੇ ਨੇ, ਪੰਜਾਬੀ ਨੂੰ ਜੇ ਖਤਰਾ ਕਿਤੇ ਹੈ ਤਾਂ ਮੈਨੂੰ ਲੱਗਦਾ ਮੱਧ ਵਰਗ ਦੇ ਉੱਤੋਂ ਖਤਰਾ ਆ। ਜਿਵੇਂ ਉਹ ਕਹਿੰਦੇ ਹਰੇਕ ਆਪਾਂ ਅੰਗਰੇਜ਼ੀ ਸਕੂਲਾਂ ਨੂੰ ਭੱਜਦੇ ਹਾਂ, ਜੇ ਅੰਗਰੇਜ਼ੀ ਸਕੂਲਾਂ ਤੋਂ ਬਚਦੇ ਹਾਂ ਤਾਂ ਫਿਰ ਆਪਾਂ ਮੈਨੂੰ ਲੱਗਦਾ ਵੀ ਆਈਲੈਟਸ ਕਰਕੇ ਬਾਹਰ ਨੂੰ ਜਾਣ ਨੂੰ ਭੱਜਦੇ ਹਾਂ। ਤੇ ਪੰਜਾਬੀ ਨੂੰ ਮੈਨੂੰ ਇੰਨਾ ਜ਼ਿਆਦਾ ਖਤਰਾ ਨਹੀਂ ਲੱਗਦਾ ਹੈਗਾ ਵੀ ਜਿੰਨਾ ਚਿਰ ਆਪਣੇ ਪਿੰਡਾਂ ਦੇ ਵਿੱਚ ਬੈਠੇ ਪੰਜਾਬੀ ਮਤਲਬ ਉਹਨੂੰ ਆਪਾਂ ਹਾਸ਼ੀਆ ਗ੍ਰਸਤ ਨਹੀਂ ਕਹਿ ਸਕਦੇ, ਉਹ ਲੋਕ ਜਿਹੜੇ ਪੰਜਾਬੀ ਨੂੰ ਸੱਚੀ ਪਿਆਰ ਕਰਦੇ ਆ ਉਹਨਾਂ ਕੋਲੋਂ। ਮੈਂ ਅੱਜ ਗੱਲ ਚੱਲਦੀ ਸੀ ਜਫਰਨਾਮੇ ਦੀ, ਮੁਕਤਸਰ ਤੋਂ ਇੱਕ ਫੰਕਸ਼ਨ ਅਟੈਂਡ ਕਰਕੇ ਆ ਰਿਹਾ, ਉੱਥੇ ਲੋਕਾਂ ਦੇ ਮੈਨੂੰ ਜਦੋਂ ਉਹਨਾਂ ਉੱਥੇ ਉਹਨਾਂ ਲੋਕਾਂ ਨੂੰ ਮਿਲਦੇ ਆ ਤਾਂ ਐਂ ਲੱਗਦਾ ਨਹੀਂ ਯਾਰ ਸਾਡੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈਗਾ। ਖਤਰਾ ਮੈਨੂੰ ਵੈਸੇ ਆਪਣੀ ਸੋਚ 'ਚ ਹੀ ਖਤਰਾ ਲੱਗਦਾ, ਉਨਾ ਚਿਰ ਪੰਜਾਬੀ ਨੂੰ ਕੋਈ ਖਤਰਾ ਨਹੀਂ ਜਿੰਨਾ ਚਿਰ ਆਪਣੇ ਪਿੰਡਾਂ ਦੇ ਵਿੱਚ ਲੋਕ ਬੈਠੇ ਆ। ਤੇ ਤੁਸੀਂ ਬਾਹਰ ਬੈਠ ਕੇ ਇਸ ਚੀਜ਼ ਦਾ ਫਿਕਰ ਕਰਦੇ ਹੋ, ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਤੇ ਤੁਸੀਂ ਅਕਸਰ ਇੱਥੇ ਆ ਕੇ ਪੰਜਾਬ ਦੇ ਵਿੱਚ ਵੀ ਸਾਨੂੰ ਵੀ ਸੁਚੇਤ ਕਰਦੇ ਰਹਿੰਦੇ ਹੋ, ਸਾਨੂੰ ਠੋਲੇ ਮਾਰ ਮਾਰ ਜਗਾਉਂਦੇ ਰਹਿੰਦੇ ਹੋ ਵੀ ਭਾਈ ਤੁਸੀਂ ਵੀ ਮਾੜਲੇ ਪੰਜਾਬੀ ਲਈ ਕਰੋ, ਤੇ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਤੇ ਮੈਂ ਵੱਡੇ ਵੱਡੇ ਵਿਦਵਾਨਾਂ ਨੂੰ ਬਾਹਲਾ ਵੱਡਾ ਬੁਲਾਰਾ ਤਾਂ ਨਹੀਂ, ਮੈਨੂੰ ਬਾਹਲਾ ਤਾਂ ਬੋਲਣਾ ਵੀ ਨਹੀਂ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਸੀ ਮੈਂ ਬੁਲਾਰਾ ਨਹੀਂ ਹੈਗਾ, ਪਰ ਮੈਨੂੰ ਲੱਗਦਾ ਵੀ ਤੁਸੀਂ ਬਹੁਤ ਵਧੀਆ ਕਾਰਜ ਕਰ ਲਏ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹਾਂ। ਅੱਜ ਦੇ ਇਹ ਸੈਮੀਨਾਰ ਦੇ ਵਿੱਚ ਪਹੁੰਚੇ ਸਮੂਹ ਮੈਂਬਰ ਸਾਹਿਬਾਨ ਤੇ ਜਿੰਨੇ ਬੁਲਾਰੇ ਆ ਜਿਨ੍ਹਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਕੀਤੇ ਪੇਸ਼ ਕੀਤੇ, ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਸਭਾ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਮੌਕਾ ਦਿੱਤਾ। ਇੱਕ ਵਾਰੀ ਜੱਟਾ ਸਾਹਿਬ ਫਿਰ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਸੁਨਾਮ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਹਾਡੇ ਬਹੁਤ ਵਡਮੁੱਲੇ ਵਿਚਾਰ ਸਨ।